ਡਿਬੀਓ ਰੁਪਿੰਦਰਜੀਤ ਕੌਰ ਦੀ ਅਗਵਾਈ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਮਾਈ ਭਾਗੋ ਸੇਵਾ ਸੁਸਾਇਟੀ ਸੋਲ ਰਾਹੀਂ ਪਿਛਲੇ ਲੰਬੇ ਸਮੇਂ ਤੋਂ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ। ਪਿਛਲੇ ਦਿਨੀ ਇਸ ਸੰਸਥਾ ਨਾਲ ਸੇਵਾ ਕਰ ਭਾਈ ਸੰਸਾਰ ਸਿੰਘ ਕਵੈਂਟਰੀ ਵਾਲਿਆਂ ਨੇ ਪੰਜਾਬ ਵਿੱਚ ਆਪ ਜਾ ਕੇ ਲੋੜਵੰਦਾਂ ਦੀ ਮਦਦ ਕੀਤੀ ਅਤੇ ਸੰਗਤਾਂ ਨੂੰ ਮਾਈ ਭਾਗੋ ਸੇਵਾ ਸੁਸਾਇਟੀ ਸੋਲ ਦਾ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਈ ਭਾਗੋ ਸੇਵਾ ਸੁਸਾਇਟੀ ਸੋਲ UK ਵੱਲੋਂ ਅੱਜ ਅਸੀਂ ਪਹੁੰਚੇ ਹਾਂ ਬਟਾਲਾ ਵਿਖੇ। ਇਹ ਭੈਣ ਜਣੀ ਇਹਨਾਂ ਦੇ ਬੱਚਾ ਅੰਗਹੀਣ ਸੀ, ਉਹਨਾਂ ਨੂੰ ਵੀਲਚੇਅਰ ਦੀ ਜ਼ਰੂਰਤ ਸੀ, ਉਹ ਦੇਣ ਵਾਸਤੇ ਪਹੁੰਚੇ ਆ। ਔਰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੰਸਾਰ ਸਿੰਘ ਜੀ, ਜੋ ਕਿ UK ਤੋਂ ਕਮੈਂਟਰੀ ਦੀ ਸਿੱਖ ਸੰਗਤ ਦੇ ਨਾਲ ਨੇ, ਉਹ ਪਹੁੰਚੇ ਨੇ ਸਾਡੇ ਕੋਲ। ਇਹਨਾਂ ਨੂੰ ਪੁੱਛਾਂ ਕੁਛ। ਸਤਿ ਸ਼੍ਰੀ ਅਕਾਲ ਵੀਰ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਾਡੀ ਸੁਸਾਇਟੀ ਦਾ ਤੁਸੀਂ ਸਾਰੇ ਮਿਲ ਕੇ ਸਾਥ ਕਰੋ। ਹਾਂਜੀ, ਗਰੀਬਾਂ ਦੀ ਜਿੰਨੀ ਮਦਦ ਹੋ ਸਕੇ ਆਪਾਂ ਮਦਦ ਕਰੀਏ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਹੋਰ ਜੀ, ਆਪਾਂ ਵੀ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਨੇ। ਠੀਕ ਹੈ ਜੀ। ਹੋਰ ਅੰਕਲ ਜੀ ਹੋਣੀ ਹੈ, ਇਹਨਾਂ ਨੂੰ ਪੁੱਛਾਂਗੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ। ਅੰਕਲ ਜੀ ਕਹਿਣਾ ਚਾਹੁੰਦੇ ਕੁਝ ਜੀ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਮਾਈ ਭਾਗੋ ਸੇਵਾ ਸੁਸਾਇਟੀ ਹਾਂਜੀ UK ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਜੀ। ਅੱਜ ਅਸੀਂ ਬਟਾਲਾ ਵਿਖੇ ਪਹੁੰਚੇ ਸੀ, ਪਹਿਲਾਂ ਇੱਕ ਵਿਜੇ ਕੁਮਾਰ ਨੂੰ ਟ੍ਰਾਈਸਾਈਕਲ ਦਿੱਤਾ ਹੈ ਜੀ। ਇਹ ਭੈਣ ਜੀ ਸਨ, ਇਹਨਾਂ ਦਾ ਬੇਟਾ ਜਿਹੜਾ ਅੰਗਹੀਣ ਸੀ ਜੀ, ਉਹ ਬਾਹਰ ਚੱਲ ਫਿਰ ਨਹੀਂ ਸੀ ਸਕਦਾ, ਉਹਨੂੰ ਜਦੋਂ ਬਾਹਰ ਫੜਨਾ ਸੀ ਬਹੁਤ ਤੰਗੀ ਕੀਤੀ ਸੀ। ਹਾਂਜੀ, ਉਹਦੇ ਵਾਸਤੇ ਇਹ ਵੀਲਚੇਅਰ ਦਿੱਤੀ ਹੈ ਜਿਹਦੇ 'ਤੇ ਲੈ ਕੇ ਉਹਨੂੰ ਬਾਹਰ ਬਾਥਰੂਮ ਵਗੈਰਾ ਹੋਰ ਕਿਤੇ ਫੜ ਸਕਦੇ ਹਨ। ਹਾਂਜੀ, ਔਰ ਬਹੁਤ ਹੀ ਪੁੰਨ ਦਾ ਦਾਨ ਦਾ ਕੰਮ ਕੀਤਾ ਹੈ ਇਹ ਜੋ ਸੇਵਾ ਹੈ। ਸਾਡੇ ਸਤਿਕਾਰਯੋਗ ਵੀਰ ਜੀ ਸੰਸਾਰ ਸਿੰਘ ਜੀ ਜੋ ਹਨ UK ਤੋਂ ਆਏ ਹਨ, ਕਮੈਂਟਰੀ ਤੋਂ, ਉਹਨਾਂ ਵੱਲੋਂ ਇਹ ਸੇਵਾ ਕੀਤੀ ਗਈ ਹੈ। ਮਹਾਰਾਜ ਸਾਹਿਬ ਕਿਰਪਾ ਕਰਨ, ਜੋ ਇਹਨਾਂ ਸੇਵਾ ਕੀਤੀ ਹੈ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਮਿਲੇ ਅਤੇ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਜਿਹੜਾ ਮੌਕਾ ਮਿਲਦਾ ਰਹੇ ਇਹ ਆਪਣੇ ਹੱਥੀਂ ਆਣ ਕੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ। ਹੋਰ ਵੀ ਕਈ ਸੇਵਾਵਾਂ ਹਨ, ਜਿਸ ਤਰ੍ਹਾਂ ਮਹੀਨੇਵਾਰੀ ਰਾਸ਼ਨ ਦੀ ਸੇਵਾ ਚੱਲ ਰਹੀ ਹੈ, ਉਹ ਵੀ ਇਹਨਾਂ ਵੱਲੋਂ ਜੋ ਹੈ ਹੋਰ ਸਾਰੀਆਂ ਕਮੈਂਟਰੀ ਦੀਆਂ ਲੰਡਨ ਦੀਆਂ UK ਦੀਆਂ ਸਿੱਖ ਸੰਗਤਾਂ ਵੱਲੋਂ ਕੀਤੀ ਜਾਂਦੀ ਹੈ। ਇਹ ਜੋ UK ਦੀਆਂ ਸਿੱਖ ਸੰਗਤਾਂ ਹਨ ਬਹੁਤ ਹੀ ਮਾਨਤਾ ਖੱਟ ਰਹੀਆਂ ਹਨ ਅਤੇ ਇਹ ਜੋ ਵੀਲਚੇਅਰ ਅੱਜ ਦਿੱਤੀ ਹੈ 550 ਸਾਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ, ਇਸੇ ਵੀਲਚੇਅਰ 'ਤੇ ਇਹ ਜੋ ਆਪਣੇ ਬੱਚੇ ਨੂੰ ਅੱਗੇ ਚੁੱਕ ਕੇ ਖੜਦੇ ਹੋਣੇ ਅਤੇ ਬਿਠਾ ਕੇ ਖੜਿਆ ਕਰਨਗੇ, ਇਹਨਾਂ ਦਾ ਮਨ ਖੁਸ਼ ਹੋਵੇਗਾ, ਇਹ ਆਪਣੇ ਜੋ ਹੈ ਬੱਚੇ ਦੀ ਹਿਫਾਜ਼ਤ ਕਰ ਸਕਣਗੇ। ਮੈਂ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਭਾਈ ਸਾਹਿਬ ਭਾਈ ਸੰਸਾਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਭੈਣ ਜੀ ਨੂੰ ਪੁੱਛਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਧੰਨਵਾਦ ਕਰਦੀ ਹਾਂ ਵੀ ਮੇਰੇ ਬੇਟੇ ਨੂੰ ਚੱਲਣ ਫਿਰਨ ਵਾਸਤੇ ਮੁਸ਼ਕਲ ਸੀ, ਹਾਂਜੀ, ਘੁੰਮਣ ਘੁੰਮਣ ਵਾਸਤੇ, ਅੱਜ ਮੇਰੇ ਬੇਟੇ ਨੂੰ ਸੁਨੇਹਾ ਮਿਲਿਆ ਵੀ ਮੇਰਾ ਬੇਟਾ ਬਹੁਤ ਖੁਸ਼ ਆ, ਹਾਂਜੀ, ਕਿ ਮੈਨੂੰ ਆਹਦਾ ਕਿ ਮੰਮਾ ਛੇਤੀ ਚੱਲ ਜਾਓ ਅਤੇ ਮੈਨੂੰ ਲਿਆ ਕੇ ਦਿਓ ਅਤੇ ਮੈਂ ਬਾਹਰ ਤੁਹਾਨੂੰ ਮਾਸ਼ਰ ਕਰੇ ਉੱਥੇ ਜੀ। ਅਤੇ ਮੈਂ ਧੰਨਵਾਦ ਕਰਦੀ ਹਾਂ ਮੈਂ ਵੀਰਾਂ ਭਰਾਵਾਂ ਦਾ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਸਹੂਲਤ ਦਿੱਤੀ ਹੈ ਜੀ। ਹੋਰ ਭੈਣ ਜੀ, ਆਪਾਂ ਵੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਗੁਰਸਿੱਖ ਬਣੋ, ਅੰਮ੍ਰਿਤ ਛਕੋ, ਠੀਕ ਜੀ, ਅਤੇ ਵੀਰ ਜੀ ਨੂੰ ਵੀ ਸਿੱਖੀ ਦੀ ਰਾਹ 'ਤੇ ਲਿਆਓ, ਠੀਕ ਹੈ ਜੀ। ਹੋਰ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਭਾਈ ਸੰਸਾਰ ਸਿੰਘ ਜੀ ਦਾ, ਇਹਨਾਂ ਨੇ ਪਹਿਲਾਂ ਵੀ ਕਾਫੀ ਇਹੋ ਜਿਹੀਆਂ ਵਸਤਾਂ ਦਿੱਤੀਆਂ ਹਨ ਲੋੜਵੰਦ ਪਰਿਵਾਰਾਂ ਨੂੰ, ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਗੁਰੂ ਨਾਨਕ ਦੇਵ ਜੀ ਦੇ ਵਾਕਾਂ ਅਨੁਸਾਰ ਅੱਜ ਅਸੀਂ ਸ਼ਹਿਰ ਬਟਾਲਾ ਵਿਖੇ ਪਹੁੰਚੇ ਹੋਏ ਹਾਂ ਇਹ ਵੀਰ ਜੀ ਨੂੰ ਵੀਲਚੇਅਰ ਦੀ ਸੇਵਾ ਕਰਨ ਵਾਸਤੇ। ਹੋਰ ਇਹ ਵੀਰ ਜੀ ਹੁਣੀ ਬਾਹਰੋਂ ਆਏ ਨੇ, ਇਹਨਾਂ ਨੂੰ ਪੁੱਛਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ, ਵੀਰ ਜੀ ਕਿੱਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਅੱਜ ਸੇਵਾ ਕਰਕੇ? ਥੋੜ੍ਹਾ ਜਿਹਾ ਉੱਚੀ ਬੋਲਿਓ। ਹਾਂਜੀ ਹਾਂਜੀ ਠੀਕ ਜੀ। ਠੀਕ ਜੀ ਜੀ ਠੀਕ ਹੈ। ਹੋਰ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਦਿਹਾੜੇ ਨੂੰ ਸਮਰਪਿਤ ਇਹ ਸਾਈਕਲ ਦੀ ਸੇਵਾ ਕਰ ਰਹੇ ਨੇ। ਅਸੀਂ ਤਹਿ ਦਿਲ ਤੋਂ ਭਾਈ ਸਰਦਾਰ ਭਾਈ ਸੰਸਾਰ ਸਿੰਘ ਜੀ UK ਤੋਂ ਕਨਵੈਂਟਰੀ ਦੀ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਕਿ ਸੇਵਾ ਕਰਨ ਵਾਸਤੇ ਪਹੁੰਚੇ ਨੇ ਬਟਾਲਾ ਵਿਖੇ। ਅਸੀਂ ਤਹਿ ਦਿਲ ਤੋਂ ਇਹਨਾਂ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਹੋਰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਲੋੜਵੰਦ ਬੇਸਹਾਰਿਆਂ ਦੀ ਇੱਦਾਂ ਹੀ ਮਦਦ ਕਰਦੇ ਰਹਿਣ। ਹੋਰ ਅਸੀਂ ਇਹ ਵੀਰ ਜੀ ਨੂੰ ਪੁੱਛਾਂਗੇ। ਸਤਿ ਸ਼੍ਰੀ ਅਕਾਲ ਵੀਰ ਜੀ, ਵੀਰ ਜੀ ਕਿੱਦਾਂ ਦਾ ਫੀਲ ਹੋ ਰਿਹਾ ਤੁਹਾਨੂੰ ਅੱਜ? ਬਹੁਤ ਵਧੀਆ। ਖੁਸ਼ ਜੀ ਅੱਜ? ਤੁਸੀਂ ਕਹਿਣਾ ਚਾਹੁੰਦੇ ਕੁਛ? ਦੱਸੋ ਜੀ। ਬਹੁਤ ਬਹੁਤ ਧੰਨਵਾਦ ਕਰਨਾ। ਹਾਂਜੀ ਹਾਂਜੀ ਅੱਛਾ ਜੀ ਠੀਕ ਹੈ। ਹੋਰ ਪ੍ਰਧਾਨ ਸਾਹਿਬ ਨੂੰ ਪੁੱਛਾਂਗੇ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਤੁਸੀਂ ਅੰਕਲ ਜੀ ਕਹਿਣਾ ਚਾਹੁੰਦੇ ਕੁਛ? ਕਹਿਣਾ ਇਹ ਆ ਵੀ ਇਹ ਜੋ ਬਟਾਲੇ ਕੈਂਪ ਦੇ ਵਿੱਚ ਹਾਂਜੀ ਕਰੀਬ ਕਰੀਬ ਘੱਟੋ ਘੱਟ 1.5 ਸਾਲ ਤੋਂ ਰਾਸ਼ਨ ਦੀ ਸੇਵਾ ਵੀ ਚੱਲ ਰਹੀ ਹੈ। ਹਾਂਜੀ ਇਸ ਨੂੰ ਨਿਰੰਤਰ ਰਾਸ਼ਨ ਦਿੱਤਾ ਜਾਂਦਾ, ਹਰ ਮਹੀਨੇ ਕਰੀਬ ਕਰੀਬ 1,000 ਰੁਪਏ ਦਾ ਰਾਸ਼ਨ ਹੁੰਦਾ ਜੀ। ਇਹ ਜੋ ਰਾਸ਼ਨ ਦੀ ਸੇਵਾ ਹੈ ਇਹ ਵੀ ਕਵੈਂਟਰੀ ਦੀ ਸਿੱਖ ਸੰਗਤ ਵੱਲੋਂ ਹੀ ਕੀਤੀ ਜਾਂਦੀ ਹੈ। ਹਾਂਜੀ ਕਵੈਂਟਰੀ ਦੀ ਜਿਹੜੀ ਸਿੱਖ ਸੰਗਤ ਹੈ ਉਹ ਆਪਣੀ ਦਹਨ ਆਉਣ ਦੀ ਕਿਰਤ ਕਰਦੀ ਹੈ ਕੱਢਦੀ ਹੈ ਅਤੇ ਉਹਦੇ ਵਿੱਚ ਇਹਨਾਂ ਨੂੰ ਇਹ ਸਹਾਇਤਾ ਕਰਦੀ ਜੀ। ਬਾਕੀ ਅੱਜ ਇਹ ਜੋ ਟ੍ਰਾਈਸਾਈਕਲ ਦਿੱਤਾ ਹੈ ਵਿਜੇ ਕੁਮਾਰ ਨੂੰ, ਇਹਦੀ ਡਿਮਾਂਡ ਸੀ ਕਈ ਚਿਰਾਂ ਤੋਂ। ਹਾਂਜੀ ਅੱਜ ਸਾਡੇ ਵੀਰ ਜੀ ਸੰਸਾਰ ਸਿੰਘ ਜੀ ਕਵੈਂਟਰੀ ਤੋਂ ਇੱਥੇ ਪਹੁੰਚੇ ਨੇ, ਇਹਨਾਂ ਨੇ ਆਪਣੀ ਹੱਥੀ ਇਹ ਸੇਵਾ ਕਰਕੇ ਇਹ ਸੇਵਾ ਇਸ ਨੂੰ ਦੇ ਕੇ ਆਪਣੇ ਮਨ ਦੀ ਜਿਹੜੀ ਖੁਸ਼ੀ ਉਹਦਾ ਦਾ ਉਭਾਰ ਕੀਤਾ ਹੈ ਜੀ। ਔਰ ਜੋ ਸੇਵਾ ਕੀਤੀ ਹੈ ਉਹਦੇ ਨਾਲ ਇਹ ਸੇਵਾ ਕਰਕੇ ਬਹੁਤ ਖੁਸ਼ ਹਨ, ਜਿਸ ਦੀ ਸੇਵਾ ਕੀਤੀ ਉਹ ਵੀ ਬੜੀ ਖੁਸ਼ ਹਨ। ਸੋ ਮਹਾਰਾਜ ਸਾਹਿਬ ਕਿਰਪਾ ਕਰਨ, ਗੁਰੂ ਨਾਨਕ ਪਾਤਸ਼ਾਹ ਜੀ ਦਾ 550 ਸਾਲਾ ਅਵਤਾਰ ਪੁਰਬ ਆ ਰਿਹਾ ਹੈ, ਉਸ ਨੂੰ ਸਮਰਪਿਤ ਜੋ ਸੇਵਾ ਹੋਈ ਹੈ ਇਹ ਜੋ ਸਿੱਖ ਸੰਗਤ ਵੱਲੋਂ ਜਾਂ ਭਾਈ ਸਾਹਿਬ ਵੱਲੋਂ ਭਾਈ ਸੰਸਾਰ ਸਿੰਘ ਜੀ ਜੋ ਕਰੇ ਹਨ, ਇਹਨਾਂ ਨੇ ਇਕੱਲਿਆਂ ਹੀ ਇਸ ਸੇਵਾ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਵੀਰ ਜੀ ਤੁਹਾਨੂੰ ਇਹਨਾਂ ਦੇ ਘਰ ਦੇ ਹਾਲਾਤ ਦਿਖਾਵਾਂਗੇ, ਘਰ ਬਾਰੇ ਵੀ ਕਹਿ ਰਹੇ ਆ। ਘਰ ਦੇ ਵੀ ਹਾਲਾਤ ਕਾਫੀ ਨਾਜ਼ੁਕ ਨੇ, ਡਿੱਗਣ ਯੋਗ ਹੀ ਹੈ। ਔਰ ਮਾਈ ਭਾਗੋ ਸੇਵਾ ਸੁਸਾਇਟੀ ਸੋਲ UK ਕਨਵੈਂਟਰੀ ਦੀ ਸਿੱਖ ਸੰਗਤਾਂ ਨੂੰ ਹੱਥ ਬੰਨ੍ਹ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਘਰ ਬਾਰੇ ਵੀ ਸੋਚਿਆ ਜਾਏ ਤਾਂ ਜੋ ਇਹ ਵੀ ਆਪਣੇ ਬੱਚਿਆਂ ਨੂੰ ਲੈ ਕੇ ਛੱਤ ਦੇ ਥੱਲੇ ਬਹਿ ਸਕਣ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।